ਕਿੱਦਾਂ ਮੇਰੇ? ਵਧੀਆ ਵਧੀਆ ਚਾਹੀਦਾ ਵਾ। ਤੇ ਮੈਂ ਤੁਹਾਨੂੰ ਅੱਜ ਦੱਸੂਗਾ ਕਿ ਜਿੱਦਾਂ ਤੁਹਾਡਾ ਜਿਹੜਾ ਡੋਗ ਵਾ ਉਹਨੂੰ ਜਿੰਨੀ ਮਰਜ਼ੀ ਤੁਸੀਂ ਫੀਡ ਖਵਾਓ ਟਿਕਟ ਨਹੀਂ ਲੱਗਦੀ ਹੁੰਦੀ ਯਾਰ। ਆਮ ਗੱਲ ਆ, ਮੇਰੇ ਕੁੱਤੇ ਨੂੰ ਮੈਂ ਖਵਾਉਂਦਾ ਰਿਹਾ ਡੋਗ ਨੂੰ ਤੇ ਉਹਨੂੰ ਕਦੀ ਵੀ ਫੀਡ ਨਹੀਂ ਜਾਈ ਲੱਗੀ, ਬੜੀ ਫੀਡ ਖਵਾਉਂਦਾ ਰਿਹਾ ਦੀਗਾ। ਤੇ ਇੱਕ ਦਿਨ ਨਾ ਜਿਹੜੀ ਮੱਝਾਂ ਸੀ ਨਾ, ਮੱਝਾਂ ਤੁਹਾਨੂੰ ਪਤਾ ਹੀ ਹੋਗਾ ਕਈਆਂ ਦੇ ਘਰ ਹੁੰਦੀਆਂ ਵਾ, ਤੇ ਉਹਨਾਂ ਦਾ ਜਿਹੜੀ ਹੁੰਦਾ ਵਾ ਯਾਰ, ਜਿਸ ਤਰ੍ਹਾਂ ਆਪਾਂ ਚੀਜ਼ੀ ਖਾਂਦੇ ਹਾਂ, ਚੀਜ਼ੀ ਭੁਜੀਆ ਖਾਂਦੇ ਹਾਂ, ਬਿਸਕੁਟ ਖਾਂਦੇ ਹਾਂ, ਉਸ ਤਰ੍ਹਾਂ ਆਪਾਂ ਨੂੰ ਚੀਜ਼ੀ ਕਹਿ ਲੈਂਦੇ ਗਾਂ ਵਾਲੀ, ਉਹ ਵੀ ਇੱਕ ਚੀਜ਼ੀ ਹੁੰਦੀ ਹੈ ਮੱਝਾਂ ਲਈ, ਜਿਹਨੂੰ ਕਹਿ ਲੈਂਦੇ ਚੋਕਰ ਦੀ ਬੋਰੀ, ਠੀਕ ਆ, ਬੋਰੀ ਹੁੰਦੀ ਆ ਉਹਦੇ ਵਿੱਚ ਚੋਕਰ ਹੁੰਦਾ ਵਾ। ਸਾਡਾ ਨਾ ਇੱਕ ਦਿਨ ਕੁੱਤੇ ਨੂੰ ਅਸੀਂ ਨਾ ਖੁੱਲ੍ਹਾ ਛੱਡਤਾ ਸੀਗਾ, ਤੇ ਤੁਹਾਨੂੰ ਵੈਸੇ ਤਾਂ ਬੜਾ ਫਨੀ ਲੱਗੂਗਾ ਜੇ ਮੈਂ ਤੁਹਾਨੂੰ ਦੱਸੂਗਾ, ਪਰ ਇਹ ਸੱਚ ਵਾ। ਤੇ ਮੈਂ ਹੀ ਆਪਣੇ ਕੁੱਤੇ ਨੂੰ ਨਾ ਖੁੱਲ੍ਹਾ ਛੱਡਤਾ ਸੀਗਾ, ਖੁੱਲ੍ਹਾ ਛੱਡਿਆ ਤੇ ਫਿਰ ਨਾ ਉਹ ਨਾ ਰਾਤ ਨੂੰ ਖੁੱਲ੍ਹਾ ਛੱਡਿਆ ਸੀਗਾ, ਸਾਡੀ ਚੋਕਰ ਦੀ ਬੋਰੀ ਖੁੱਲ੍ਹੀ ਸੀਗੀ, ਹੈਂ, ਥੱਲੇ ਭਰੀ ਪਈ ਸੀਗੀ, ਉਹਨੇ ਅੱਧੀ ਬੋਰੀ ਖਾ ਲਈ, ਠੀਕ ਆ, ਉਹਨੇ ਅੱਧੀ ਬੋਰੀ ਖਾ ਲਈ ਸੀਗੀ ਚੋਕਰ ਦੀ ਬੋਰੀ। ਤੇ ਮੈਂ ਬਾਅਦ 'ਚ ਉਹਨੂੰ ਕਿਹਾ, ਅਸੀਂ ਸਵੇਰੇ ਵੇਖਿਆ ਉਹ ਚੋਕਰ ਦੀ ਬੋਰੀ ਅੱਧੀ, ਅਸੀਂ ਆਪਦੇ ਕੁੱਤੇ ਨੇ ਵੇਖਿਆ ਉਹਨੇ ਕਲਾਰੀ ਪਈ, ਉਹਦੇ ਪੈਰ ਨੂੰ ਚੋਕਰ ਦੀ ਬੋਰੀ ਦਾ ਚੋਕਰ ਲੱਗਾ, ਠੀਕ ਆ, ਉਹਦੇ ਮੂੰਹ ਨੂੰ ਵੀ ਲੱਗਾ ਸੀਗਾ, ਆਮ ਲੱਗਾ ਸੀ ਉਹਦੇ ਮੂੰਹ 'ਤੇ। ਬਾਅਦ 'ਚੋਂ ਨਾ ਅਸੀਂ ਉਹਨੂੰ ਬੜਾ ਕੁੱਟਿਆ, ਬੜਾ ਕੁੱਟਿਆ ਵੀ ਤੂੰ ਕਾਹਤੋਂ ਚੋਕਰ ਦੀ ਬੋਰੀ ਖਾਧਾ, ਚੋਕਰ ਕਾਹਤੋਂ ਖਾਧਾ। ਫਿਰ ਅਸੀਂ ਬੜਾ ਕੁੱਟਿਆ, ਫਿਰ ਅਸੀਂ ਉਹਨੂੰ ਨਾ ਆਖਿਆ ਵੀ ਗਾੜੀ ਤਰ੍ਹਾਂ ਕੁਛ ਨਾ ਕੁਛ ਕੁੱਟੀ ਗਿਆ ਨਾ ਕੁੱਟੀ ਗਿਆ। ਬਾਅਦ 'ਚੋਂ ਇੱਕ ਦੋ ਦਿਨ ਛੱਡਤਾ, ਬਾਅਦ 'ਚੋਂ ਮਹੀਨਾ ਕੁ ਹੋਇਆ, ਮਹੀਨਾ ਕੁ ਹੋਇਆ ਉਹਦੀ ਗਾਲ ਦੀ ਸੱਤ ਬਹੁਤ ਵੱਧ ਗਈ, ਬੜਾ ਜ਼ੋਰਾ ਮੋਟਾ ਹੋ ਗਿਆ ਉਹ। ਹਾਂ, ਅਤੇ ਉਹ ਫਿਰ ਅਤੇ ਉਹ ਕਿਸੇ ਨੂੰ ਮੈਂ ਦੇ ਚੁੱਕਿਆ ਵਾ, ਉਹਨੇ ਮੈਥੋਂ ਕੁੱਤਾ ਮੰਗ ਲਿਆ, ਫਿਰ ਮੈਂ ਹੋਰ ਕੋਈ ਲੈ ਆਉਂਦਾ ਡੋਗ, ਅਤੇ ਫਿਰ ਮੈਂ ਉਹਨੂੰ ਦੇ ਚੁੱਕਿਆ, ਉਹਦੇ ਇਸੇ ਕਰਕੇ ਉਹਨੂੰ ਦੇ ਤਾ ਵਾ, ਅਤੇ ਉਹ ਬੜਾ ਮੋਟਾ ਹੋ ਗਿਆ ਸੀਗਾ ਇਸੇ ਕਰਕੇ। ਅਤੇ ਜੇ ਤੁਹਾਨੂੰ ਚੋਕਰ ਦੀ ਬੋਰੀ ਦਾ ਚੋਕਰ ਦੀ ਬੋਰੀ ਲਿਆਓ, ਠੀਕ ਆ, ਜੇ ਤੁਹਾਡੇ ਘਰ ਮੱਝਾਂ ਦਾ ਹੈਗਾ ਉਹ 'ਚ ਥੋੜ੍ਹੀ ਬਹੁਤੀ ਰੋਟੀ ਦੇ ਨਾਲ ਲਾ ਕੇ ਜਾਂ ਫਿਰ ਆਮ ਹੀ ਦੇ ਕੇ ਦੁੱਧ 'ਚ ਪਾ ਕੇ ਅਤੇ ਉਹਨੂੰ ਦੇ ਦਿਆ ਕਰੋ, ਠੀਕ ਆ। ਜੇ ਤੁਹਾਨੂੰ ਜੇ ਤੁਹਾਡੇ ਡੋਗ ਨੂੰ ਚੋਕਰ ਦੀ ਚੋਕਰ ਦਾ ਬੋਰਾ ਲੱਗ ਜੇ ਨਾ, ਪਹਿਲੀ ਦਿਨ ਖਵਾਓ, ਮਹੀਨਾ ਕੁ ਖਵਾਉਂਦੇ ਰਹੋ, ਜੇ ਨਾ ਲੱਗੇ ਥੱਲੇ ਸਾਨੂੰ ਆ ਕੇ ਕਮੈਂਟ ਕਰੋ, ਤੁਹਾਨੂੰ ਨੰਬਰ ਭੇਜ ਦਿੰਦੇ ਹਾਂ, ਥੱਲੇ ਲਿਖ ਦਿੰਦੇ ਹਾਂ, ਜੇ ਨਾ ਵਧੀਆ ਲੱਗੋ ਸਾਡੇ ਨਾਲ ਗੱਲਬਾਤ ਕਰ ਲਿਓ, ਤੁਹਾਨੂੰ ਅਸੀਂ ਦੱਸ ਦਾਂਗੇ, ਓਕੇ। ਤਾਂ ਫਿਰ ਤੁਹਾਨੂੰ ਹੋਰ ਕੀ ਚਾਹੀਦਾ ਵਾ ਤੁਹਾਨੂੰ ਦੱਸ ਦਾਂਗੇ, ਅਤੇ ਥੈਂਕ ਯੂ। ਅਤੇ ਜੇ ਤੁਹਾਨੂੰ ਗੱਲ ਵਧੀਆ ਲੱਗੀ ਹੋਵੇ ਅਤੇ ਜੇ ਤੁਹਾਨੂੰ ਵਧੀਆ ਇਸ ਤਰ੍ਹਾਂ ਹੀ ਚੱਲ ਪਏ ਤੁਹਾਡਾ ਕੰਮ, ਅਤੇ ਮਤਲਬ ਕਿ ਫੀਡ ਵੱਧ ਜਾਓ, ਮੋਟਾ ਹੋ ਜਾਏ, ਅਤੇ ਫਿਰ ਤੁਸੀਂ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਇਹੋ ਜਿਹਾ ਤੁਹਾਨੂੰ ਹੋਰ ਅਸੀਂ ਵੀਡੀਓ ਦੱਸਾਂਗੇ, ਕਾਈਟ ਜਾਂ ਦਿਵਾਲੀ 'ਤੇ, ਗੁੱਡ ਲੋਹੜੀ 'ਤੇ, ਇਸ ਤਰ੍ਹਾਂ ਤੁਹਾਨੂੰ ਬਹੁਤ ਸਾਰੀਆਂ ਵੀਡੀਓ ਦੱਸਾਂਗੇ, ਠੀਕ ਆ। ਥੈਂਕ ਯੂ।